ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਜਿੱਦਾਂ ਕਿ ਕੱਲ ਦੇ ਤੁਹਾਨੂੰ ਅਸੀਂ ਫੁਟੇਜ ਕਾਫੀ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਹਰਿਆਣਾ ਦੇ ਵਿੱਚ ਕਾਫੀ ਲਾਠੀ ਚਾਰਜ ਕੀਤਾ ਗਿਆ ਸੀ ਤੇ ਉਸ ਦੇ ਬਾਅਦ ਇੱਕ ਪੁਲਿਸ ਵਾਲੇ ਦੀ ਜਿਹੜੀ ਹੈ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦਾ ਕਰਨਾਲ ਦਾ SHO ਦੱਸਿਆ ਜਾ ਰਿਹਾ ਜੋ ਕਿ ਹੱਥ ਜੋੜ ਰਹੇ ਕਿਸਾਨਾਂ ਦੇ ਉੱਤੇ ਡੰਡੇ ਮਾਰ ਰਿਹਾ ਔਰ ਭੱਜ ਭੱਜ ਕੇ ਉਹਨਾਂ ਨੂੰ ਕੁੱਟ ਰਿਹਾ। ਬੇਸ਼ੱਕ ਦੀ ਉਹ ਕਿਸਾਨਾਂ ਦਾ ਜਿਹੜਾ ਨੌਜਵਾਨ ਏ ਪਿੱਛਾ ਕਰਕੇ ਉਹਨਾਂ ਨੂੰ ਕੁੱਟ ਰਿਹਾ। ਉਸ ਤੋਂ ਬਾਅਦ ਉਹਨਾਂ ਦੇ SHO ਦੇ ਘਰ ਦੇ ਮੂਹਰੇ ਅੱਜ ਕੁਰਕਸ਼ੇਤਰ ਕਿਸਾਨ ਯੂਨੀਅਨ ਚੁੜਨੀ ਵੱਲੋਂ ਧਰਨਾ ਲਗਾਇਆ ਗਿਆ। ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਘਰ ਹੈ ਉਹ SHO ਦਾ ਲੁੱਖੀ ਕੁਰਕਸ਼ੇਤਰ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੂਰੇ ਇਲਾਕੇ ਦੇ ਪਹੁੰਚੇ ਨੇ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਇਸ ਪਰਿਵਾਰ ਦਾ ਔਰ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਮੂਹਰੇ ਪੁਤਲਾ ਸਾੜਿਆ ਗਿਆ। ਉਸ ਤੋਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤੈਨਾਤ ਹੈ ਔਰ ਉਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਜਿਹੜੇ ਕਾਲੇ ਝੰਡੇ ਲੈ ਕੇ ਉਹਨਾਂ ਉਹ SHO ਦੇ ਘਰ ਦੇ ਬਾਹਰ ਜਿਹੜਾ ਹੈਗਾ ਉਹਨਾਂ ਧਰਨਾ ਲਗਾਇਆ ਹੋਇਆ ਔਰ ਉਹਨਾਂ ਨੂੰ ਕਿਹਾ ਕਿ ਮਾਫ਼ੀ ਮੰਗੋ ਔਰ ਇਸ ਪਰਿਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਜਿਸ ਨੇ ਕਿਸਾਨਾਂ ਦੇ ਕੱਲ੍ਹ ਇੰਨੇ ਤਸ਼ੱਦਦ ਕੀਤੇ, ਲਾਠੀਚਾਰਜ ਕੀਤਾ, ਫੱਟੜ ਕੀਤੇ ਔਰ ਭੱਜ ਭੱਜ ਕੇ ਉਹਨੇ ਕੁੱਟਦਾ ਰਿਹਾ। ਕਾਫ਼ੀ ਵੀਡੀਓ 'ਚ ਵਾਇਰਲ ਵੀ ਹੋ ਰਿਹਾ ਖਹਿਰਾ SHO ਦੱਸਿਆ ਜਾ ਰਿਹਾ ਕਰਨਾਲ ਦਾ ਅਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਬਾਹਰ ਕਿਸਾਨ ਯੂਨੀਅਨ ਪਹੁੰਚ ਚੁੱਕੀ ਹੈ। ਚੁਣੌਤੀ ਕਿਸਾਨ ਯੂਨੀਅਨ ਹਰਿਆਣਾ ਕੁਰਕਸ਼ੇਤਰ ਡਿਸਟ੍ਰਿਕਟ ਵਾਲੇ ਜਿਹੜੇ ਨੌਜਵਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਨੇ। ਦੇਖ ਸਕਦੇ ਹੋ ਆਹ ਘਰ ਸਾਹਮਣੇ ਉਹਨਾਂ ਦਾ ਔਰ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਇੱਥੇ ਖੜ੍ਹੀ ਹੋਈ ਹੈ, ਡੰਡੇ ਲੈ ਕੇ ਫਿਰ ਤਿਆਰ ਬਰ ਤਿਆਰ ਹੈ ਕੁੱਟਣ ਲਈ, ਪਰ ਫਿਰ ਵੀ ਕਿਸਾਨ ਜਿਹੜੇ ਨੇ ਲਗਾਤਾਰ ਉਹਦਾ ਵਿਰੋਧ ਕਰ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਲਾ ਰਹੇ ਨੇ ਨੌਜਵਾਨ ਜਿਹੜੇ SHO ਨੇ ਕੱਲ੍ਹ ਕਿਸਾਨਾਂ ਨੂੰ ਕੁੱਟਿਆ ਸੀ। ਹੋਰ ਵੀ ਤੁਸੀਂ ਤਸਵੀਰਾਂ ਦੇਖਦੇ ਰਹੋ ਅਤੇ ਅੱਗੇ ਜੋ ਵੀ ਹੁੰਦਾ ਕਾਰਵਾਈ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ। ਬਣੇ ਰਹੋ ਨਿਰਪੱਖ ਪੋਸਟ ਨਾਲ, ਤੁਸੀਂ ਵੀਡੀਓ ਦੇਖੋ ਹੋਰ ਕੀ ਉੱਥੇ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਉਹਨਾਂ ਦਾ ਪੁਤਲਾ ਸਾੜਾ ਜਾ ਰਿਹਾ, ਬੂਟਾ ਖਹਿਰੇ ਦਾ ਉਹਨੂੰ ਕੁੱਟਿਆ ਜਾ ਰਿਹਾ ਡੰਡਿਆਂ ਦੇ ਨਾਲ। ਦੇਖ ਸਕਦੇ ਹੋ ਵੀ ਬਹੁਤ ਹੀ ਭਾਰੀ ਤਾਦਾਦ ਦੇ ਵਿੱਚ ਨੇੜੇ ਤੇੜੇ ਦੇ ਲੋਕ ਇੱਥੇ ਸ਼ਾਮਲ ਹੋਏ ਨੇ ਜੀ। ਲਗਾਤਾਰ ਲਾਈਵ ਦੇਖ ਰਹੇ ਹੋ, ਅੱਜ ਫਿਰ ਇੱਕ ਵਾਰ ਫਿਰ ਤੋਂ ਨਿਰਪੱਖ ਪੋਸਟ ਤੋਂ ਇੱਕ ਵਾਰ ਲਾਈਵ ਦੇਖ ਰਹੇ ਹੋ। ਲੇਕਿਨ ਅੱਜ ਇਹਨਾਂ ਸਿਰੇ ਦਾ ਦੋਗਲਾਪਨ ਕੀਤਾ ਹੈ ਮੇਰੇ ਵੀਰੋ ਭਰਾਵੋ, ਕੋਈ ਵੀ ਵੀਰ ਭਰਾ ਇਹਨਾਂ ਨੂੰ ਆਪਣੇ ਰੋਟੀ ਪਾਣੀ ਖੰਡ ਪਰ ਵਿਆਹ ਚ ਨਾ ਸੱਦੋ। ਜਿਹੜਾ ਜਸਵਿੰਦਰ ਖਹਿਰਾ ਆਪਣੇ ਆਪ ਨੂੰ JJP ਨੇਤਾ ਕਹਾਉਂਦਾ ਹੈ, ਸਭ ਦਾ ਬਾਈਕਾਟ ਕਰੋ ਤੇ ਇੱਕ ਹੀ ਨਵੀਂ ਤੇ ਗੈਸ ਏਜੰਸੀ ਹੈ, ਕੋਈ ਵੀ ਵੀਰ ਨਾ ਗੈਸ ਨਾ ਭਰਾਓ, ਹੋਰ ਬੜੀਆਂ ਏਜੰਸੀਆਂ ਨੇ, ਇੱਕ ਇਹਦਾ ਭੇਵੇ ਪੰਪ ਤੇ ਗਦਾਰਾ ਦਾ ਉਹ ਪੰਪ ਦਾ ਹੀ ਬਾਈਕਾਟ ਕਰੋ। ਸਾਰੇ ਵੀਰਾਂ ਭਰਾਵਾਂ ਨੂੰ ਜਿਹੜਾ ਜਾਗਦੀ ਜ਼ਮੀਰ ਵਾਲਾ ਦੇਖ ਸਕਦੇ ਹੋ ਪੁਤਲਾ ਫੋਕ ਦਿੱਤਾ ਗਿਆ ਹੈ। ਜਦੋਂ ਮਰਜ਼ੀ ਕਰਕੇ ਮੇਰੇ ਵੀਰ ਅੱਜ ਮੁਸਲ ਛੱਡ ਕੇ ਜਦੋਂ ਮਰਜ਼ੀ ਸੱਦਿਆ ਦੇ ਕੋਠੀਆਂ ਕੋ ਬ੍ਰੇਕਰ ਢਾ ਦਿਓ, ਇੰਨਾ ਦੀ ਗੈਸ ਏਜੰਸੀ ਬਾਈਕਾਟ ਕਰੋ, ਇੰਨਾ ਦਾ ਪੰਪ ਬਾਈਕਾਟ ਕਰੋ, ਇਹ ਬੜੇ ਮੁਸਲ ਬਾਈਕਾਟ ਕਰੋ, ਬੜੇ ਸੋਨਿਆ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਪੁਤਲਾ ਫੋਕ ਦਿੱਤਾ ਗਿਆ ਹੈ। ਇਹ ਕੋਈ ਯੂਨੀਅਨ ਦਾ ਪ੍ਰੋਗਰਾਮ ਨਹੀਂ ਸੀਗਾ, ਇਹ ਸਮਾਜ ਬਹਿਸ਼ਕਾਰ, ਸਮਾਜਿਕ ਬਹਿਸ਼ਕਾਰ ਕੀਤਾ ਗਿਆ ਹੈ ਇਹਨਾਂ ਨੂੰ। ਸਾਰੀ ਜ਼ਿੰਦਗੀ ਲੜਦਾ ਹੈ ਆਪਣਾ ਮਾਣ ਸਨਮਾਨ ਨਹੀਂ ਜਾਣ ਦੇਣਾ। ਤੁਸੀਂ ਦੇਖ ਸਕਦੇ ਹੋ ਕਿ ਸਮਾਜਿਕ ਬਹਿਸ਼ਕਾਰ ਇਹਨਾਂ ਨੂੰ, ਕਿਸੇ ਖੰਡ ਪਾਠ, ਇਹਨਾਂ ਦੇ ਪੰਪ ਗੈਸ ਸਭ ਦਾ ਬਹਿਸ਼ਕਾਰ ਕਰ ਦਿੱਤਾ ਗਿਆ ਹੈ। ਕਿੰਨੇ ਵੀ ਵੀਰ ਨੇ ਪੁਤਲਾ ਸਾੜਿਆ, ਬੇਨਤੀ ਹੈ ਕਿ ਉਹ ਵੀਰ ਆਪਣੇ ਪਿੱਛੇ ਆ ਜਾਣ ਆਪਣੇ ਗੱਡੀਆਂ। ਕੋਈ ਯੂਨੀਅਨ ਦਾ ਪ੍ਰੋਗਰਾਮ ਨਹੀਂ ਸੀ, ਇਹ ਨੇੜੇ ਤੇੜੇ ਇਲਾਕੇ ਵਾਸੀਆਂ ਦਾ ਜੋ ਰੋਸ ਸੀ ਉਹ ਤੁਸੀਂ ਦੇਖਣ ਨੂੰ, ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਵੇਖੋ ਚਲੋ ਵੇਖੋ ਜੀ, ਸਭ ਨੂੰ ਪਤਾ ਲੱਗ ਗਿਆ ਕਿ ਬੰਦਾ ਮਾਣ ਸਨਮਾਨ ਵਾਸਤੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਹੈ। ਇਹਨਾਂ ਬੰਦਿਆਂ ਨੇ ਪੈਸੇ ਦੀ ਖਾਤਰ ਚਾਪਲੂਸੀ ਕਰਨ ਵਾਸਤੇ ਸਰਕਾਰ ਦੀ ਅੱਜ ਤੁਸੀਂ ਦੇਖਦੇ ਹੋ ਕਿ ਕੱਲ ਦਾ ਜੋ ਘਟਨਾਕ੍ਰਮ ਹੋਇਆ ਸੀ ਖਹਿਰਾ ਪਰਿਵਾਰ ਵੱਲੋਂ, ਉਹਨਾਂ ਦੇ ਮੁੰਡੇ ਵੱਲੋਂ ਕਿਸਾਨਾਂ ਨੂੰ ਬਰਬਰਤਾ ਨਾਲ ਕੁੱਟਿਆ ਗਿਆ ਹੈ, ਉਹਦੇ ਰੋਸ ਵਿੱਚ ਨੇੜੇ ਤੇੜੇ ਦੇ ਇਲਾਕੇ ਵਾਸੀ ਸਾਰਿਆਂ ਵੀਰਾਂ ਨੂੰ ਵੱਧ ਚੜ ਕੇ ਸਾਰੇ ਪਹੁੰਚੇ ਨੇ। ਇੱਥੇ ਹੋਵਾਨ ਹੋਇਆ ਹੈ ਕਿ ਕੱਲ ਕਰਨਾਲ ਦੇ ਵਿੱਚ ਮੀਟਿੰਗ ਹੈ ਕਿਸਾਨ ਕਰਕੇ ਆਪਣੇ ਪ੍ਰਧਾਨ ਗੁਰਨਾਮ ਸਿੰਘ ਚੁੱਬੇ। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਲਗਾਤਾਰ ਮੋਟਰਸਾਈਕਲਾਂ ਤੇ ਗੱਡੀਆਂ ਤੇ
ਹਾਲਾਂਕਿ ਕਿਸਾਨਾਂ ਨੇ ਸਮਾਜਿਕ ਲਗਾਤਾਰ ਬੰਦਿਆਂ ਨੇ ਬਾਈਕਾਟ ਕਰਨ ਵਾਸਤੇ ਆਏ ਸੀ। ਕੋਈ ਇੱਥੇ ਵਿਰੋਧ ਪ੍ਰਦਰਸ਼ਨ ਕੋਈ ਇੱਦਾਂ ਦਾ ਕੋਈ ਆਪਸੀ ਟਕਰਾਅ ਇਹਨਾਂ ਨੇ ਨਹੀਂ ਸੋਚਿਆ ਸੀ, ਪਰ ਖਹਿਰਾ ਪਰਿਵਾਰ ਨੇ ਭਾਰੀ ਬਲ ਪੁਲਿਸ ਬੁਲਾ ਲਾਂਤਾਂ ਪਾਈਆਂ ਗਈਆਂ ਨੇ ਬਹੁਤ ਹੀ ਵੱਡੇ ਲੈਵਲ ਤੇ। ਪੂਰਨ ਰੂਪ ਸਮਾਜਿਕ ਬਹਿਸ਼ਕਾਰ ਕਰ ਦਿੱਤਾ ਗਿਆ ਹੈ ਖਹਿਰਾ ਪਰਿਵਾਰ ਦਾ। ਹੋਰ ਵੀ ਵਾਟਰ ਕੈਨਨਾਂ ਬਹੁਤ ਜ਼ਿਆਦਾ ਭਾਰੀ ਬਲ ਪੁਲਿਸ ਇੱਥੇ ਤੈਨਾਤ ਆ ਰਿਹਾ ਹੈ, ਪਿੱਛੋਂ ਪ੍ਰਸ਼ਾਸਨ ਲਗਾਤਾਰ ਗੱਡੀਆਂ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਵੀਰ, ਇਸ ਨਾਲ ਕਮੇਟੀ ਵੱਲੋਂ ਸਾਰੇ ਵੀਰਾਂ ਨੂੰ ਬੇਨਤੀ ਹੈ, ਬੜੇ ਪਿਆਰ ਦਾ ਸੰਦੇਸ਼ ਦਿੰਦੇ ਹੋਏ ਬੜੀ ਪਿਆਰ ਨਾਲ ਇੱਥੋਂ ਸਾਰੇ ਰਵਾਨਗੀ ਲਵੋ।